ਸਤਿ ਸ਼੍ਰੀ ਅਕਾਲ ਜੀ। ਉਮੀਦ ਆ ਸਾਰੇ ਵੀ ਠੀਕ ਠਾਕ ਹੋਣਗੇ। ਸੋ ਬਈ ਪਿਛਲੇ ਜਿਹੜੇ 3.5 ਸਾਲਾਂ ਤੋਂ ਬਈ ਜਿਹੜੇ ਕਤਰ ਦੇ ਜਿਹੜੇ ਬਾਰਡਰ ਸੀਗੇ ਉਹ ਸੀਲ ਸੀਗੇ, ਉਹ ਬਈ ਫਾਈਨਲੀ ਜਿਹੜਾ ਵਾ ਨਿਊਜ਼ ਆਈ ਆ ਕਿ ਉਹ ਬਈ ਹੁਣ ਖੁੱਲ੍ਹ ਜਾਣਗੇ। ਇਹ ਬਈ ਸਾਊਦੀ ਅਰਬ ਨੇ ਜਿਹੜਾ ਡਿਸਾਈਡ ਕੀਤਾ ਵਾ ਕਿ ਕਤਰ ਦੇ ਜਿੰਨੀਆਂ ਵੀ ਬਈ ਪਾਬੰਦੀਆਂ ਲੱਗੀਆਂ ਵਾ ਉਹ ਸਾਰੀਆਂ ਬਈ ਹਟਾ ਦਿੱਤੀਆਂ ਜਾਣਗੀਆਂ। ਇਹ ਬਈ 2017 ਦੇ ਵਿੱਚ ਜਿਹੜੀਆਂ ਕਤਰ ਦੇ ਉੱਤੇ ਬਈ ਇਹਨਾਂ ਨੇ ਕੋਈ ਇਹਨਾਂ ਦੇ ਆਪਣੇ ਇਸ਼ੂ ਹੈਗੇ ਉਹਦੇ ਕਰਕੇ ਬਈ ਇਹਨਾਂ ਨੇ ਪਾਬੰਦੀਆਂ ਲਾਤੀਆਂ ਸੀ, ਕਤਰ ਦੇ ਜਿਹੜੇ ਬਾਰਡਰ ਸੀ ਉਹ ਸਾਰੇ ਸੀਲ ਕਰਤੇ। ਨਾ ਬਈ ਕੋਈ ਦੁਬਈ ਤੋਂ ਜਿੱਦਾਂ ਕਤਰ ਜਾ ਸਕਦਾ ਹੈ, ਨਾ ਕਤਰ ਤੋਂ ਦੁਬਈ ਜਾ ਸਕਦਾ ਹੈ। ਕੋਈ ਵੀ ਜਿੱਦਾਂ ਟ੍ਰੇਡ ਨਹੀਂ ਹੁੰਦੀ, ਕੋਈ ਵੀ ਜਿੱਦਾਂ ਟਰਾਂਸਪੋਰਟ ਵਾਲਾ ਕੋਈ ਆਪਣਾ ਜਿਹੜਾ ਸਮਾਨ ਉਹ ਕਤਰ ਨਹੀਂ ਲੈ ਕੇ ਜਾ ਸਕਦਾ, ਨਾ ਕਤਰ ਤੋਂ ਬਈ ਕੋਈ ਜਿਹੜਾ ਵਾ ਉਹ ਦੁਬਈ ਨੂੰ ਜਿਹੜਾ ਆਪਣੀ ਜਿਹੜਾ ਟਰੱਕ ਉਹ ਲੈ ਕੇ ਜਾ ਸਕਦਾ ਹੈ। ਇਹ 2017 ਦੇ ਵਿੱਚ ਬਈ ਲਗਭਗ ਅੱਜ ਤੋਂ 3.5 ਸਾਲ ਪਹਿਲਾਂ ਬਈ ਕਤਰ ਦੇ ਉੱਤੇ ਪਾਬੰਦੀਆਂ ਜਿਹੜੀਆਂ ਲੱਗ ਗਈਆਂ ਸੀ, ਅਤੇ ਸਾਰੀਆਂ ਬਈ GCC ਜਿੰਨੀਆਂ ਕੰਟਰੀਆਂ ਵਾ ਜਿੱਦਾਂ ਸਾਊਦੀ ਅਰਬ ਬਈ, ਕੁਵੈਤ, ਦੁਬਈ, ਬਹਿਰੀਨ, ਬਈ ਇਹ ਜਿਹੜੀਆਂ ਅਲੱਗ ਅਲੱਗ ਇਹਨਾਂ ਦੇ ਜਿਹੜੇ ਆ ਪੜੋਸੀ ਸੀਗੇ, ਹਨ ਆਂਢੀ ਗੁਆਂਢੀ ਮੁਲਕ, ਇਹਨਾਂ ਨੇ ਬਈ ਇੱਥੇ ਜਿਹੜੇ ਕਤਰ ਦੇ ਉੱਤੇ ਪਾਬੰਦੀਆਂ ਜਿਹੜੀਆਂ ਲਾਈਆਂ ਸੀ। ਬਟ ਬਈ ਹੁਣ ਆ 3.5 ਸਾਲਾਂ ਬਾਅਦ ਬਈ ਜਿਹੜਾ ਵਾ ਇਹ ਬਈ ਜਿਹੜਾ ਫਾਈਨਲੀ ਜਿਹੜਾ ਵਾ ਉਹ ਰਿਮੂਵ ਕਰਤਾ ਵਾ ਬਈ ਜਿਹੜੀਆਂ ਪਾਬੰਦੀਆਂ ਜਿਹੜੀਆਂ ਕਤਰ ਦੇ ਉੱਤੇ ਲੱਗੀਆਂ ਸੀ, ਅਤੇ ਹੁਣ ਬਈ ਜਿਹੜਾ ਵਾ ਉਹ ਕਤਰ ਨਾਲ ਜਿਹੜਾ ਵਾ ਟ੍ਰੇਡ ਆ ਉਹ ਫਿਰ ਤੋਂ ਜਿਹੜਾ ਵਾ ਇਹਨਾਂ ਕੰਟਰੀ ਦਾ ਚਾਲੂ ਹੋ ਜੂਗਾ। ਅਤੇ ਇਹ ਬਈ ਜਿਹੜਾ ਸਭ ਤੋਂ ਵੱਧ ਫਾਇਦਾ ਇਹਨਾਂ ਦਾ ਬਈ ਜਿਹੜਾ ਡਰਾਈਵਰ ਵੀਰਾਂ ਨੂੰ ਹੋਇਆ ਵਾ, ਜਿਹੜੇ ਬਈ ਹੁਣ ਜਿਹੜਾ ਕਤਰ ਆ ਵੀ ਜਾ ਸਕਦੇ ਆ ਜਾ ਸਕਦੇ ਆ, ਜਿਹੜੇ ਜਿਹੜੇ ਵੀਰ ਟਰੱਕ ਵਗੈਰਾ ਚਲਾਉਂਦੇ ਜਿਹੜੇ ਬਈ ਇੰਟਰ ਕੰਟਰੀ ਜਿਹੜਾ ਵਾ ਉਹ ਚੱਲਦੇ ਆ, ਅਤੇ ਉਹਨਾਂ ਨੂੰ ਬਈ ਇਹਦਾ ਕਾਫੀ ਜਿਹੜਾ ਵਾ ਹੁਣ ਉਹ ਬੈਨੀਫਿਟ ਹੋਊਗਾ। ਅਤੇ ਇਹ ਬਈ ਹੁਣ ਤੁਹਾਨੂੰ ਪਤਾ ਬਈ 2022 ਦੇ ਵਿੱਚ ਜਿਹੜਾ ਵਾ ਕਤਰਾ ਉਹ ਵਰਲਡ ਕੱਪ ਵੀ ਜਿਹੜਾ ਵਾ ਹੋਸਟ ਕਰਨ ਡਿਆ ਵਾ, ਉਹਦੇ ਕਰਕੇ ਵੀ ਬਈ ਕੁਝ ਜਾਣੀ ਕਿ ਵੀ ਯੂਰਪ ਵਾਲੀਆਂ ਕੰਟਰੀਆਂ ਕੁਝ ਇੱਦਾਂ ਕਰ ਕਰਾ ਕੇ ਬਈ ਇਹਦਾ ਜਿਹੜਾ ਵਾ ਉਹ ਪਾਬੰਦੀਆਂ ਵਾ ਉਹ ਹਟਾਤੀਆਂ, ਅਤੇ ਫਾਈਨਲੀ ਬਈ ਜਿਹੜੀਆਂ ਵਾ ਇੱਕ ਪਾਬੰਦੀਆਂ ਜਿਹੜੀਆਂ ਹਟ ਗਈਆਂ, ਹੁਣ ਬਈ ਕਤਰ ਦੇ ਜਿਹੜੇ ਬਾਰਡਰ ਆ ਇਹ ਓਪਨ ਹੋ ਗਿਆ। ਅਤੇ ਬਈ ਇੱਕ ਕਾਰਨ ਦੇ ਬਈ ਐਪਰੀਸ਼ੀਏਟ ਕਰਨਾ ਬਣਦਾ ਵਾ ਕਤਰ ਨੂੰ, ਕਿਉਂਕਿ 3.5 ਸਾਲ ਬਈ ਉਹਨਾਂ ਨੇ ਜਿਹੜਾ ਵਾ ਉਹ ਸਰਵਾਈਵ ਕੀਤਾ ਵਾ, ਉਹਨਾਂ ਦੀਆਂ ਸਾਰੀਆਂ ਜਿਹੜੀਆਂ ਵਾ ਸਰਹੱਦਾਂ ਵਾ ਉਹ ਸੀਲ ਹੋਣ ਦੇ ਬਾਵਜੂਦ, ਕਿਉਂਕਿ ਬਈ ਜਦੋਂ ਕਿਸੇ ਦੇ ਕੰਟਰੀ ਦੇ ਸਾਰੇ ਪਾਸਿਓਂ ਬਾਰਡਰ ਕਲੋਜ਼ ਹੋ ਜਾਂਦੇ ਆ, ਅਤੇ ਨਾ ਬਈ ਉੱਥੇ ਕੋਈ ਰਾਸ਼ਨ ਦੀ ਸਪਲਾਈ ਜਾਂਦੀ ਆ, ਹੈ ਨਾ, ਨਾ ਕੋਈ ਉੱਥੇ ਮੈਡੀਕਲ ਦੀਆਂ ਸਹੂਲਤਾਂ ਜਿਹੜੀਆਂ ਵਾ ਉਹ ਜਾਂਦੀਆਂ, ਕਿਉਂਕਿ ਉਹ ਬਾਰਡਰ ਬੰਦ ਹੋਏ ਹੁੰਦੇ ਆ। ਅਤੇ ਉਹਨਾਂ ਬਈ 3.5 ਸਾਲ ਬਈ ਇਹਨਾਂ ਚੀਜ਼ਾਂ ਮਤਲਬ ਆਪਣੇ ਕੰਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪੈਦਾ ਕਰਕੇ ਅਤੇ ਬਈ ਸਰਵਾਈਵ ਕੀਤਾ ਵਾ। ਅਤੇ ਜੇ ਬਈ ਕੋਈ ਵੀਰ ਮਤਲਬ ਹੁਣ ਕਤਰ ਜਾਣਾ ਚਾਹੁੰਦਾ ਵਾ, ਅਤੇ ਉਹ ਬਈ ਜਿੱਦਾਂ ਵੀ ਉਹ ਕਿਸੇ ਨੇ ਲਾਇਸੈਂਸ ਵਗੈਰਾ ਦੇ ਚੱਕਰ 'ਚ ਜਾਂ ਕੋਈ, ਹੈ ਨਾ, ਕੋਈ ਇਹ ਵੀ ਕੰਮ ਦੇ ਵਿੱਚ ਜਾਣਾ, ਅਤੇ ਉਹ ਬਈ ਕਤਰ ਬਾਰੇ ਵੀ ਜਿਹੜਾ ਹੁਣ ਉਹ ਸੋਚ ਸਕਦਾ, ਕਿਉਂਕਿ ਬਈ ਉੱਥੇ ਜਿਹੜੇ ਹੁਣ ਕੰਮ ਕਾਰ ਜਿਹੜੇ ਆ ਉਹ ਚੱਲ ਪੈਣਗੇ, ਕਿਉਂਕਿ ਬਈ ਜਿੱਦਾਂ ਵੀ ਕਤਰ ਦੇ ਹੁਣ ਬਾਰਡਰ ਖੁੱਲ੍ਹ ਗਏ ਆ, ਬਈ ਉੱਥੋਂ ਜਿਹੜਾ ਟ੍ਰੇਡ ਆ ਉਹ ਬਾਹਰਲੇ ਮੁਲਕਾਂ ਨਾਲ ਵੀ ਜਿਹੜਾ ਵਾ ਹੁਣ ਹੋ ਜੂਗਾ। ਮਤਲਬ ਕਤਰ ਦੇ ਵਾਲੇ ਜੇ ਕਿਸੇ ਕੋਲ ਕਤਰ ਦਾ, ਹੈ ਨਾ, ਵੀਜ਼ਾ ਵਾ ਡਰਾਈਵਰ ਦਾ, ਅਤੇ ਉਹਦੀ ਕੰਪਨੀ ਜਿਹੜੀ ਆ ਉੱਥੋਂ ਮਾਲ ਜਿਹੜਾ ਐਕਸਪੋਰਟ ਕਰਦੀ ਹੈ ਜਾਂ ਇੰਪੋਰਟ ਕਰਦੀ ਹੈ, ਜੇ ਉਹ ਬਈ ਜਿਹੜਾ ਇੰਟਰ ਕੰਟਰੀ ਜਿਹੜਾ ਵਾ ਹੁਣ ਜਾ ਸਕਦੇ ਆ, ਅਤੇ ਇਹਦੇ ਨਾਲ ਬਈ ਜਿਹੜਾ ਵਾ ਕੰਮ ਕਰਨ ਦੇ ਵਿੱਚ ਜਿਹੜਾ ਵਾ ਉਹ ਥੋੜ੍ਹਾ ਵਾਧਾ ਹੋਊਗਾ। ਅਤੇ ਜੇ ਕਿਸੇ ਵੀਰ ਨੇ ਬਈ ਹੁਣ ਗਲਫ ਬਾਰੇ ਸੋਚਿਆ ਵਾ ਕਿ ਗਲਫ ਕੰਟਰੀ ਜਾਣ ਦੇ ਬਾਰੇ ਵੀ ਉੱਥੇ ਜਾ ਕੇ ਬਈ ਕੰਮ ਕਰਨਾ ਵਾ, ਹੈ ਨਾ, ਜਿੱਦਾਂ ਕੁਵੈਤ ਜਾਂ ਸਾਊਦੀ ਜਾਂ ਕੋਈ ਦੁਬਈ, ਅਤੇ ਉਹ ਬਈ ਇੱਕ ਕਰਾਂ ਕਤਰ ਬਾਰੇ ਵੀ ਜਿਹੜਾ ਵਾ ਉਹ ਸੋਚ ਸਕਦਾ, ਉੱਥੇ ਵੀ ਜਿਹੜਾ ਹੁਣ ਕੰਮ ਕਰ ਉਹ ਚੱਲ ਜਾਣਗੇ। ਸੋ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗੀ ਤਾਂ ਬਈ ਲਾਈਕ ਅਤੇ ਸ਼ੇਅਰ ਕਰ ਦਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।